ਕਮਿਟਮੈਂਟ ਮੈਂ ਉਹ ਗੱਲ ਨਹੀਂ ਕਹਿ ਰਹੀ ਕਿ ਹਾਂ ਮੈਂ ਇੱਕ ਕਮਿਟਮੈਂਟ ਕੀਤੀ ਸੀਗੀ ਜਸਪਾਲ ਦੇ ਪਰਿਵਾਰ ਨੂੰ ਤੇ ਮੈਂ ਐਂਡ ਤੱਕ ਉਹਨਾਂ ਦੇ ਨਾਲ ਖੜੂੰਗੀ। ਇਹੋ ਜਿਹੇ ਲੋਕ ਜਿਹੜੇ ਜਿਹੜੇ ਸਿੱਖਾਂ ਦਾ ਦਰਦ ਰੱਖਦੇ ਆ ਨਾ ਆਪਣੇ ਅੰਦਰ, ਮੈਂ ਉਹਨਾਂ ਨੂੰ ਇਹ ਚੀਜ਼ ਦੱਸ ਰਹੀ ਹਾਂ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਜਾ ਕੇ, ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੁਸੀਂ ਦੇਖੋ ਕਿ ਨਿਹੰਗਾਂ ਦਾ ਬਾਣਾ ਪਾਏ ਕਿੰਨੇ ਕ੍ਰਿਮੀਨਲ ਬੈਠੇ ਨੇ। ਤਾਂ ਦੁੱਖ ਲੱਗਦਾ ਆ ਜਦੋਂ ਕੋਈ ਨਿਹੰਗ ਸੱਜ ਕੇ ਇਹੋ ਜਿਹੇ ਕੰਮ ਕਰਦਾ। ਗੱਲ ਆ ਕਿ ਉਹ ਬੰਦਾ ਅਸਲ ਦੇ ਵਿੱਚ ਨਿਹੰਗ ਹੈ ਨਹੀਂ ਗਾ, ਉਹਨੇ ਸਿੰਘਾਂ ਵਾਲਾ ਬਾਣਾ ਪਾਇਆ ਹੋਇਆ ਆ, ਦੇ ਵਪਾਰ ਦਾ ਧੰਦਾ ਕਰਦੇ ਜਿਹੜੇ ਇਹੋ ਜਿਹੇ ਕੰਮ ਕਰਦੇ। ਉਹ ਇਹਨਾਂ ਚੀਜ਼ਾਂ ਲਈ ਸਾਨੂੰ ਜਾਗਰੂਕ ਹੋਣਾ ਪਊਗਾ, ਨਹੀਂ ਸਾਡੇ ਗੁਰੂ ਘਰ ਇਹਨਾਂ ਚੀਜ਼ਾਂ ਦਾ ਡੇਰਾ ਬਣ ਕੇ ਰਹਿ ਜਾਣਗੇ ਤੇ ਬਦਨਾਮ। ਇਹ ਉਹੀ ਆ ਨਾ, ਮੈਨੂੰ ਤਾਂ ਕਿਤੇ ਨਾ ਕਿਤੇ ਇਹੀ ਗੱਲ ਲੱਗਦਾ ਕਿ ਇਹ RSS 'ਚ ਹੋਰ ਉਹਨਾਂ ਦੀ ਚਾਲ ਵੀ ਹੋ ਸਕਦੀ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂਸ਼ਨ ਕੀਤਾ ਕਿ ਮੈਂ ਅੱਜ ਲਾਈਵ ਕਿਹੜੀ ਗੱਲੋਂ ਆਈ ਹਾਂ। ਆਪਣੇ ਤੁਸੀਂ ਸਾਰੇ ਦੇਖਦੇ ਹੋਵੋਗੇ ਕਿ ਆਪਣੇ ਕੀ ਹੁੰਦਾ ਕਿ ਇੱਕ ਨਿਊਜ਼ ਬੜੀ ਬੜੀ ਦੇਰ ਰੌਲਾ ਪੈਂਦਾ ਆ ਨਾ, ਰੋਜ਼ ਇੱਕੋ ਖਬਰ ਟੈਲੀਕਾਸਟ ਹੁੰਦੀ ਆਪਣੇ ਨਿਊਜ਼ 'ਤੇ। ਆਪਾਂ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਹਾਂ, ਆਪਣੀ ਫੇਸਬੁੱਕ ਦੇ ਉੱਤੇ, ਆਪਣੇ ਇੰਸਟਾ ਦੇ ਉੱਤੇ ਇੱਕੋ ਖਬਰ ਵਾਰ ਵਾਰ ਆਉਂਦੀ ਰਹਿੰਦੀ ਆ, ਅਤੇ ਫਿਰ ਥੋੜ੍ਹੇ ਦਿਨਾਂ ਬਾਅਦ ਕੋਈ ਹੋਰ ਨਵੀਂ ਖਬਰ ਆ ਜਾਂਦੀ ਆ ਅਤੇ ਆਪਾਂ ਉਸ ਖਬਰ ਵੱਲ ਨੂੰ ਰੁੱਖ ਕਰ ਲੈਂਦੇ ਹਾਂ। ਠੀਕ, ਫਿਰ ਆਪਾਂ ਜਿਹੜੀ ਫਿਰ ਉਦੋਂ ਬਾਅਦ 'ਚ ਇੱਕ ਕੋਈ ਹੋਰ ਸਨਸਨੀਖੇਜ ਖਬਰ ਆ ਜਾਂਦੀ ਆ, ਉੱਧਰ ਰੁੱਖ ਕਰ ਲੈਂਦੇ ਹਾਂ ਅਤੇ ਆਪਾਂ ਪਿੱਛੇ ਵਾਲੀਆਂ ਭੁੱਲ ਜਾਂਦੇ ਹਾਂ। ਮੇਰਾ ਜਿਹੜਾ ਇੱਥੇ ਜੋ ਮਕਸਦ ਹੈਗਾ ਆ ਜਾ ਕੇ ਲਾਈਵ ਆ ਕੇ ਬੋਲਣ ਦਾ, ਸਿਰਫ ਮੈਂ ਕਿਸੇ ਨੂੰ ਕੋਈ ਉਹ ਭਾਸ਼ਣ ਨਹੀਂ, ਮੈਂ ਸਿਰਫ ਆਪਣੇ ਕੁਛ ਵਿਚਾਰ ਨੇ ਜਿਹੜੇ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ, ਜਿਹਦੇ ਕਰਕੇ ਨਾ ਮੈਨੂੰ ਕਈ ਵਾਰ ਉਸ ਗੱਲ ਕਰਕੇ ਦੁੱਖ ਹੁੰਦਾ ਆ ਕਿ ਆਪਾਂ ਨੂੰ ਭੁੱਲਣ ਦੀ ਆਦਤ ਆ, ਜਿਹੜੀ ਸਾਨੂੰ ਭੁੱਲਣ ਦੀ ਆਦਤ ਆ ਨਾ, ਬਹੁਤ ਜ਼ਿਆਦਾ ਮਾੜੀ ਆਦਤ ਆ। ਅਤੇ ਸਾਡੇ ਜੋ ਹਾਲਾਤ ਹੋਏ ਹੋਏ ਨੇ, ਜਿਹਦੀ ਆਪਾਂ ਕੰਪਲੇਂਟ ਕਰਦੇ ਹਾਂ ਨਾ ਵੀ ਸਾਡੇ ਆਹ ਹਾਲਾਤ ਨੇ, ਸਾਡੇ ਪੰਜਾਬ 'ਚ ਇੰਨਾ ਕੁਛ ਹੋ ਰਿਹਾ ਜਾਂ ਇੰਡੀਆ 'ਚ ਇੰਨਾ ਕੁਛ ਹੋ ਰਿਹਾ, ਉਸ ਚੀਜ਼ ਲਈ ਨਾ ਕਸੂਰਵਾਰ ਆਪਾਂ ਆਪ ਲੋਕ ਹਾਂ, ਕਿਉਂਕਿ ਅਸੀਂ ਗੱਲ ਸੁਣਦੇ ਹਾਂ, ਡਿਸਕਸ ਕਰਦੇ ਹਾਂ, ਅਸੀਂ ਛੱਡ ਦਿੰਦੇ ਹਾਂ ਬੋਲ ਕੇ ਕਿ ਸਾਨੂੰ ਕੀ। ਫੋਰ ਇਗਜ਼ਾਮਪਲ, ਮੈਂ ਇਹ ਚੀਜ਼ ਇਸ ਲਈ ਬੋਲਣਾ ਚਾਹੁੰਦੀ ਹਾਂ, ਤੁਹਾਨੂੰ ਸਭ ਨੂੰ ਪਤਾ ਆ ਕਿ ਮੈਂ ਕਿਉਂਕਿ ਮੈਂਸ਼ਨ ਕੀਤਾ ਹੀ ਸੀਗਾ ਕਿ ਕੱਲ੍ਹ ਜਸਪਾਲ ਵਾਲੇ ਕੇਸ ਦੀ ਹੀਅਰਿੰਗ ਸੀਗੀ। ਜਸਪਾਲ ਵਾਲਾ ਉਹ ਕੇਸ ਆ ਜਿਹਦੇ ਵਿੱਚ ਇੱਕ ਮੁੰਡੇ ਨੂੰ ਬਿਨਾਂ FIR ਤੋਂ ਅਰੈਸਟ ਕਰਕੇ, ਬਿਨਾਂ FIR ਤੋਂ ਅਰੈਸਟ ਕਰਕੇ ਪੁਲਿਸ ਹਵਾਲਾਤ ਦੇ ਵਿੱਚ ਮਾਰ ਦਿੱਤਾ ਗਿਆ। ਉਦੋਂ ਬਾਅਦ ਵਿੱਚ ਉੱਥੇ ਕੀ ਕੁਛ ਕੇਸ ਦੇ ਵਿੱਚ ਹੋਇਆ, ਤੁਸੀਂ ਸਾਰੇ ਜਾਣੇ ਬਹੁਤ ਚੰਗੀ ਤਰ੍ਹਾਂ ਉਸ ਚੀਜ਼ ਤੋਂ ਅਵੇਅਰ ਹੋ। ਅਤੇ ਉਹੀ ਕੇਸ ਸੀਗਾ ਜਿਹਨੇ, ਮੈਂ ਕਹਿੰਦੀ ਹਾਂ ਨਾ ਵੀ, ਮੇਰੇ ਜ਼ਮੀਰ ਨੂੰ ਦੁਬਾਰਾ ਲਹੂ ਲੁਹਾਨ ਕਰਤਾ। ਮੈਂ ਜਿਹੜੀ ਟਿੱਕੇ ਬੈਠੀ ਸੀ, ਮੈਂ ਸੋਸ਼ਲ ਐਕਟੀਵਿਟੀਜ਼ ਬੰਦ ਕਰਕੇ ਸਿਰਫ ਜਿੰਨਾ ਕੁ ਆਪਣਾ ਕੰਮ ਹੁੰਦਾ ਸੀਗਾ, ਆਪਣਾ ਕੰਮ ਕਰਦੀ ਸੀ ਜਾਂ ਆਪਣਾ ਜੋਤੀ ਸਰੂਪ ਕੰਨਿਆ ਆਸਰਾ ਉੱਥੇ ਚਲੀ ਜਾਂਦੀ ਸੀ, ਉਨੇ ਕੁ ਤੱਕ ਮੈਂ ਵੀ ਲਿਮਿਟਡ ਹੋ ਗਈ ਸੀਗੀ, ਮੈਂ ਸੋਸ਼ਲ ਐਕਟੀਵਿਟੀਜ਼ ਛੱਡਤੀਆਂ ਸੀਗੀਆਂ। ਤਾਂ ਉਸ ਕੇਸ ਨੇ ਇੱਕ ਉਹ ਕਹਿੰਦੇ ਹਾਂ ਕਿ ਅੰਦਰੋਂ ਹਲੂਣ ਕੇ ਰੱਖਤਾ ਸੀਗਾ ਜ਼ਮੀਰ ਨੂੰ, ਇੱਕ ਆਹ ਮਾਰੀ ਸੀਗੀ ਕਿ ਆਹ ਕੰਮ ਹੋ ਰਿਹਾ, ਅਤੇ ਜੇ ਸਾਡੇ ਵਰਗੇ ਪੜ੍ਹੇ ਲਿਖੇ ਜਿਹੜੇ ਅੰਦਰ ਦਰਦ ਲਈ ਫਿਰਦੇ ਆ ਪੰਜਾਬ ਦਾ, ਤਾਂ ਜੇ ਉਹ ਨਹੀਂ ਬੋਲਣਗੇ ਤਾਂ ਫਿਰ ਹਾਲਾਤ ਉਹੀ ਰਹਿਣਗੇ। ਹੁਣ ਲੋਕਾਂ ਨੂੰ, ਕਈਆਂ ਨੂੰ ਇਹ ਵੀ ਲੱਗਦਾ, ਕਹਿੰਦੇ ਤੂੰ ਇੱਕੋ ਕੇਸ ਨਾਲ ਚੁੰਬੜੀ, ਇਹ ਨਹੀਂ ਗਾ ਕਿ ਇੱਕੋ ਕੇਸ ਨਾਲ ਚੁੰਬੜੀਆਂ। ਗੱਲ ਇਹ ਆ ਕਿ ਮੈਂ ਕਦੇ ਵੀ ਰੂਟਸ ਨਹੀਂ ਛੱਡਦੀ ਹੈਗੀ, ਮੈਂ ਉਸ ਕੇਸ ਨੂੰ ਫੜਿਆ, ਮੈਂ ਕਈ ਲੋਕਾਂ ਦੀਆਂ ਵੀਡੀਓਜ਼ ਦੇਖ ਕੇ ਉਸ ਕੇਸ ਤੱਕ ਪਹੁੰਚੀ ਸੀਗੀ, ਮੈਂ ਜੋ ਉੱਥੇ ਹੋ ਰਿਹਾ ਸੀਗਾ ਉਹ ਦੇਖ ਕੇ ਉੱਥੇ ਪਹੁੰਚੀ ਸੀ। ਅਤੇ ਪਰ ਦੁੱਖ ਪਤਾ ਕੀ ਹੁੰਦਾ, ਜਦੋਂ ਉਸ ਪਰਿਵਾਰ ਨੇ ਧਰਨਾ ਚੱਕ ਲਿਆ, ਧਰਨੇ ਤੱਕ ਉਹਦੇ ਉਸ ਪਰਿਵਾਰ ਦੇ ਨਾਲ ਸਾਰੇ ਲੋਕ ਖੜ੍ਹੇ ਰਹੇ, ਪਰ ਜਦੋਂ ਪਰਿਵਾਰ ਨੇ ਧਰਨਾ ਚੱਕ ਲਿਆ, ਉਹੀ ਲੋਕ ਜਿਹੜੇ ਨਾਲ ਖੜ੍ਹੇ ਸੀ ਧਰਨੇ ਮੁਜ਼ਾਹਰਿਆਂ 'ਤੇ ਆਉਂਦੇ ਸੀਗੇ, ਉਹਨਾਂ ਨੇ ਧਰਨਾ ਚੱਕਣ ਨੂੰ ਸਮਝੌਤੇ ਦਾ ਨਾਂ ਦੇ ਤਾ ਕਿ ਪਰਿਵਾਰ ਵਿਕ ਗਿਆ।
ਮੈਂ ਬਹੁਤ ਵਾਰ ਅੱਗੇ ਵੀ ਗੱਲ ਕਲੀਅਰ ਕੀਤੀ ਹੈ ਜੀ, ਪਰਿਵਾਰ ਵਕਾਊ ਨਹੀਂ ਹੈ। ਉਹਦੇ ਵਿੱਚ ਇਹ ਆ ਕਿ ਧਰਨਾ ਚੱਕਿਆ ਗਿਆ ਕਿਉਂਕਿ ਨਾ ਤਾਂ ਲਾਸ਼ ਮਿਲਣ ਦੀ ਉਮੀਦ ਸੀਗੀ ਕੋਈ, ਠੀਕ, ਕਿਉਂਕਿ ਗਰਮੀ ਇੰਨੀ ਹੈ ਤੁਸੀਂ ਆਪ ਜਾਣਦੇ ਹੋ ਕਿ ਲਾਸ਼ ਕਿੱਥੇ ਮਿਲਣੀ ਆ, ਠੀਕ। ਅਤੇ ਸਾਰੇ ਮੁਜਰਮ ਫੜੇ ਗਏ ਸੀਗੇ ਅਤੇ ਉਹਨਾਂ ਨੂੰ ਹੁਣ ਸੀਗਾ ਵੀ ਕਿਉਂ ਨਾ ਅਸੀਂ ਵਿਹਲੇ ਹੋ ਕੇ ਉਹਨਾਂ ਚੀਜ਼ਾਂ 'ਤੇ ਕੇਸ ਫਾਈਟ ਕਰੀਏ ਜਿਨ੍ਹਾਂ ਨੇ ਸਾਡਾ ਪੁੱਤ ਮਾਰਿਆ, ਤਾਂ ਕਿ ਕੱਲ੍ਹ ਕਿਸੇ ਹੋਰ ਦਾ ਪੁੱਤ ਨਾ ਮਰੇ। ਮੇਰਾ ਵੀ ਇਸ ਕੇਸ ਦੇ ਵਿੱਚ ਇੱਦਾਂ ਇਨਵੋਲਵ ਹੋਣ ਦਾ, ਹੁਣ ਤੱਕ ਇਨਵੋਲਵ ਰਹਿਣ ਦਾ, ਨਹੀਂ ਕਿਹਨੂੰ ਸ਼ੌਂਕ ਚੜ੍ਹਦਾ ਆ ਚੰਡੀਗੜ੍ਹ ਤੋਂ ਫਰੀਦਕੋਟ ਜਾਵੇ ਹਰੇਕ 10 ਦਿਨਾਂ ਬਾਅਦ ਜਦੋਂ ਵੀ ਕੇਸ ਦੀ ਡੇਟ ਆਉਂਦੀ ਆ, ਚੰਗਾ ਨਹੀਂ ਲੱਗਦਾ ਹੈਗਾ, ਹੈ ਨਾ, ਔਖਾ ਲੱਗਦਾ ਆ ਹਰੇਕ ਨੂੰ ਵੀ ਕਾਤੇ ਜਾਣਾ। ਪਰ ਇਸ ਲਈ ਜਾ ਰਹੀ ਹਾਂ ਉਹ ਵੀ ਬਿਨਾਂ ਉਸ ਚੀਜ਼ ਦੇ, ਕਿਉਂ, ਕਿਉਂਕਿ ਅੰਦਰ ਦਰਦ ਆ ਕਿ ਆਹ ਜੋ ਜਸਪਾਲ ਨਾਲ ਹੋਇਆ ਸੀ ਉਹ ਕਿਸੇ ਹੋਰ ਧੀ ਪੁੱਤ ਨਾਲ ਪੰਜਾਬ ਦੇ ਨਾਲ ਨਾ ਹੋਵੇ। ਜੇ ਇਸ ਚੀਜ਼ ਨੂੰ ਅਸੀਂ ਹੁਣੇ ਠੱਲ ਪਾ ਸਕਦੇ ਤਾਂ ਸਾਨੂੰ ਇਸ ਚੀਜ਼ ਨੂੰ ਠੱਲ ਪਾਉਣੀ ਚਾਹੀਦੀ ਆ। ਪਰ ਦੁੱਖ ਇਸ ਚੀਜ਼ ਦਾ ਕਿ ਆਪਾਂ ਲੋਕ ਭੁੱਲ ਜਾਂਦੇ ਹਾਂ, ਜਸਪਾਲ ਦਾ ਕੇਸ ਹੋਇਆ, ਨਾਲ ਦੀ ਨਾਲ ਉਹ ਬੋਰਵੈਲ ਵਾਲਾ ਕੇਸ ਹੋ ਗਿਆ, ਆਪਣੇ ਫਤਿਹਵੀਰ ਵਾਲਾ, ਫਤਿਹਵੀਰ ਵਾਲਾ ਕੇਸ ਹੋ ਗਿਆ, ਫਿਰ ਉਹ ਮੁਕਤਸਰ ਦੀਆਂ ਲੇਡੀਜ਼ ਕੁੱਟਦੀਆਂ, ਐਂ ਘਟਨਾਵਾਂ ਹੁੰਦੀਆਂ ਗਈਆਂ। ਫਿਰ ਹੁਣ ਪਿਛਲੇ ਦਿਨ ਅਨਾਓ ਕੇਸ ਸੀਗਾ ਜਿਹੜਾ ਸਾਰਿਆਂ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਸੀਗਾ ਕਿ ਅਨਾਓ ਦੇ ਵਿੱਚ ਇੱਕ ਬੀਜੇਪੀ ਦੇ ਲੀਡਰ ਨੇ ਇੱਕ ਕੁੜੀ ਦਾ ਰੇਪ ਕਰਤਾ, ਜਿਹਦੇ ਬਾਰੇ ਚਾਨਣਾ ਵੀ ਪਾਇਆ ਸੀਗਾ ਮੈਂ, ਠੀਕ ਆ। ਅਤੇ ਫਿਰ ਉਨਾਓ ਵਾਲੇ ਕੇ 370 ਵਾਲਾ ਸਾਰੇ ਪਾਸੇ ਰੌਲਾ ਪੈ ਗਿਆ, ਜੋ 370 ਹੋਈ ਆ, ਜੋ ਹੋ ਗਿਆ, ਜਿਹਨੂੰ ਆਪਾਂ ਰੋਕ ਵੀ ਨਹੀਂ ਸਕਦੇ, ਤਾਂ ਆਪਾਂ ਉਨਾਓ ਵਾਲੇ ਕੇਸ ਨੂੰ ਭੁੱਲ ਗਏ। ਇਹ ਨਾ ਤਰਾਸਦੀ ਆ ਸਾਡੀ ਕਿ ਅਸੀਂ ਮਤਲਬ ਛੁਟਕਾਰੇ ਲੈਣ ਵੱਲ ਜ਼ਿਆਦਾਤਰ ਧਿਆਨ ਦੇਣ ਲੱਗ ਗਏ ਹਾਂ ਕੰਮ ਦੀ ਚੀਜ਼। ਮੈਂ ਸਿਰਫ ਤੁਹਾਡੇ ਨਾਲ ਇਹ ਮੇਰਾ ਜੋ ਪਰਪਜ਼ ਆ ਨਾ ਗੱਲ ਇੱਥੇ ਸ਼ੇਅਰ ਕਰਨ ਦਾ ਕਿ ਜੇ ਅਸੀਂ ਵਾਕਈ ਚਾਹੁੰਦੇ ਹਾਂ, ਮੈਂ ਕਹਿੰਦੀ ਇੰਡੀਆ ਨੂੰ ਛੱਡੋ, ਅਸੀਂ ਇੰਡੀਆ ਬਾਕੀ ਗੱਲ ਆ, ਜਿਹਨਾਂ ਨੂੰ ਬੁਰਾ ਲੱਗਦਾ ਤਾਂ ਬੁਰਾ ਲੱਗੇ ਵੀ ਅਸੀਂ ਇੰਡੀਆ ਤੋਂ ਕਹਿ ਲੈਣਾ, ਅਸੀਂ ਪੰਜਾਬ 'ਚ ਰਹਿੰਦੇ, ਅਸੀਂ ਆਪਣੇ ਪੰਜਾਬ ਨੂੰ ਬਚਾ ਲਈਏ ਨਾ, ਬਹੁਤ ਵੱਡੀ ਗੱਲ ਆ ਸਾਡੀ ਇੱਕ ਸਾਡੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ, ਜਿਹੜੇ ਪੱਖ ਦੇ ਮੁੱਦੇ ਨੇ, ਸਾਡਾ ਨਸ਼ਾ ਹੋ ਗਿਆ, ਸਾਡੇ ਨੌਜਵਾਨਾਂ ਨੂੰ ਜਿਹੜੇ ਗੈਂਗਸਟਰ ਬਣਾ ਕੇ ਮਾਰਿਆ ਜਾ ਰਿਹਾ, ਸਾਡੇ ਉਹ ਮੁੱਦੇ ਹੋ ਗਏ, ਸਾਡੀ ਭਾਸ਼ਾ ਦਾ ਮੁੱਦਾ ਹੋ ਗਿਆ, ਠੀਕ, ਸਾਡੇ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਖਸੁੱਟ, ਸਾਡੇ ਐਜੂਕੇਸ਼ਨ ਲੈਵਲ ਦੇ ਮਿਆਰ ਗਿਰ ਰਹੇ ਆ, ਅਤੇ ਜਾਂ ਜਿਹੜੀ ਸਾਡੀ ਵੀ ਅਨਇੰਪਲੋਇਮੈਂਟ ਆ, ਮੁਸ਼ਕਲਾਂ ਤੁਹਾਨੂੰ ਸਾਰਿਆਂ ਨੂੰ ਪਤਾ। ਗੱਲ ਆ ਕਿ ਆਪਾਂ ਸਾਰੇ ਜਾਣੇ ਰਲ ਕੇ ਉਸ ਚੀਜ਼ ਦਾ ਹੱਲ ਜਿਹੜਾ ਲੱਭੀਏ, ਉਹਦੇ ਵੱਲ ਧਿਆਨ ਦੇਈਏ। ਗੱਲ ਆ ਕਿ ਕਿਸੇ ਨੇ ਕੁਛ ਨਹੀਂ, ਕਿਸੇ ਤੋਂ ਜਿਹੜੇ ਲੋਕ ਇਹ ਵੀ ਸਵਾਲ ਪੁੱਛਦੇ ਕਿ ਅਸੀਂ ਕੀ ਕਰੀਏ, ਤੁਸੀਂ ਸਿਰਫ ਜਿਹੜੇ ਜਗ੍ਹਾ 'ਤੇ ਤੁਸੀਂ ਬੈਠੇ ਹੋ, ਜਿੱਥੇ ਤੁਹਾਡਾ ਪਿੰਡ ਆ, ਜਿਹੜਾ ਤੁਹਾਡਾ ਸ਼ਹਿਰ ਆ, ਉਸ ਏਰੀਏ ਦੇ ਵਿੱਚ ਤੁਸੀਂ ਲੋਕਾਂ ਨੂੰ ਜਾਗਰੂਕ ਕਰੋ, ਜਿਹੜੇ ਨਸ਼ੇ 'ਤੇ ਲੱਗੇ ਆ, ਠੀਕ ਹੈ, ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਖਿਲਾਫ਼ ਕਾਰਵਾਈਆਂ ਕਰੋ, ਜਿਹੜੇ ਨਸ਼ੇ 'ਤੇ ਲੱਗੇ ਉਹਨਾਂ ਨੂੰ ਸਮਝਾਓ, ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਲਾਈਨ ਦੇ ਉੱਤੇ ਲੈ ਕੇ ਆਓ। ਇਹ ਛੋਟੇ ਛੋਟੇ ਕੰਮ ਹੁੰਦੇ ਆ। ਦੂਜੀ ਸਭ ਤੋਂ ਵੱਡੀ ਜਿਹੜੀ ਇੰਪੋਰਟੈਂਟ ਗੱਲ ਆ, ਕਦੇ ਵੀ ਜੇ ਅਸੀਂ ਕਿਸੇ ਮੁੱਦੇ ਦੇ ਉੱਤੇ ਕਿਸੇ ਇਸ਼ੂ ਦੇ ਉੱਤੇ ਧਿਆਨ ਦਿੱਤਾ ਆ, ਉਹਨੂੰ ਭੁੱਲੋ ਨਾ। ਮੈਂ ਉਹੀ ਗੱਲ ਆ ਨਾ, ਮੈਂ ਕੱਲ੍ਹ ਇਹ ਮੈਨੂੰ ਦੁੱਖ ਕੱਲ੍ਹ ਹੀ ਹੋਇਆ ਜਸਪਾਲ ਵਾਲੇ ਕੇਸ ਤੋਂ ਹੀ, ਕਿ ਕੱਲ੍ਹ ਜਸਪਾਲ ਵਾਲੇ ਕੇਸ ਦੀ ਹੀਅਰਿੰਗ ਸੀਗੀ, ਜਿਸ ਮੀਡੀਆ ਨੇ ਜਸਪਾਲ ਵਾਲੇ ਕੇਸ ਨੂੰ ਇੰਨੀ ਹਾਈਪ ਤੱਕ ਲੈ ਕੇ ਗਿਆ, ਲੋਕਾਂ ਤੱਕ ਪਹੁੰਚਾਇਆ, ਅੱਜ ਉਹ ਮੀਡੀਆ ਨੇ ਬਿਲਕੁਲ ਵੀ ਉਸ ਚੀਜ਼ ਵੱਲ ਧਿਆਨ ਨਹੀਂ ਦਿੱਤਾ। ਅਤੇ ਕੱਲ੍ਹ ਮੇਰੇ ਗੁਰੂ ਜੀ ਨੇ ਵੀ ਦੱਸਿਆ, ਮੈਂ ਤਾਂ ਥੈਂਕਸ ਕਰਦੀ ਹਾਂ ਕਿ ਮੇਰੇ ਗੁਰੂ ਜੀ ਆ ਸਰਦਾਰ HS ਪੰਨੂ ਆ, ਸੀਨੀਅਰ ਲੋਇਰ ਆ ਮੋਹਾਲੀ ਦੇ, ਉਹਨਾਂ ਨੇ ਸਾਥ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਬੇਟਾ, ਮੈਂ ਕੇਸ ਨੂੰ ਹੈਂਡਲ ਕਰੂੰਗਾ, ਕਿਉਂਕਿ ਓਬਵੀਅਸ ਜੀ ਗੱਲ ਆ, ਇਹ ਜਦੋਂ ਕੇਸ ਦੇ ਵਿੱਚ ਸਰਕਾਰਾਂ ਇੱਕ ਪਾਸੇ ਇਨਵੋਲਵ ਹੋਣ ਤਾਂ ਮੇਰੇ ਵਰਗੇ ਇੱਕ ਇਨਸਾਨ ਦੇ ਬੱਸ ਦੀ ਗੱਲ ਨਹੀਂ ਗੀ ਕਿ ਮੈਂ ਉਸ ਕੇਸ ਨੂੰ ਹੈਂਡਲ ਕਰਾਂ। ਅਤੇ ਇਸ ਲਈ ਸਰ ਮੇਰੇ ਨਾਲ ਨੇ, ਮੇਰਾ ਪੂਰਾ ਆਫਿਸ ਜਿਹੜਾ ਹੈ ਉਹ ਮੇਰੇ ਨਾਲ ਆ, ਉਹਨਾਂ ਨੇ ਮੇਰਾ ਸਾਥ ਦਿੱਤਾ, ਕੱਲ੍ਹ ਸਰ ਮੇਰੇ ਨਾਲ ਫਰੀਦਕੋਟ ਆਪਣੇ ਇੱਥੇ ਦਾ ਮੋਹਾਲੀ ਦਾ ਕੰਮ ਛੱਡ ਕੇ ਗਏ। ਸੋ ਐਪਰੀਸ਼ੀਏਟ ਕਰਦੀ ਹਾਂ ਇਹੋ ਜਿਹੇ ਸੀਨੀਅਰ ਲੋਇਰਸ ਨੂੰ ਜਿਹੜੇ, ਐਂਡ ਮੈਨੂੰ ਆਪਣੇ ਆਪ 'ਤੇ ਮਾਣ ਆ ਕਿ ਮੈਂ ਉਹਨਾਂ ਤੋਂ ਮੈਂ ਵਕਾਲਤ ਸਿੱਖੀ, ਜਾਂ ਉਹ ਮੇਰੇ ਗੁਰੂ ਜੀ ਨੇ, ਮੈਂ ਉਹਨਾਂ ਦੇ ਨਾਲ ਕੰਮ ਕਰਦੀ ਹਾਂ। ਉਹਨਾਂ ਨੇ ਉੱਥੇ ਜਾ ਕੇ ਕੇਸ ਦੀ ਜੋ ਹਾਲਾਤ ਆ ਉਹਨਾਂ ਨੇ ਸੰਭਾਲਿਆ ਸਾਰਾ ਕੁਛ ਆ, ਚਲੋ
ਪਰਮਾਤਮਾ ਦੀ ਮਿਹਰ ਆ ਕਿ ਅਸੀਂ ਉਹਨਾਂ ਦੇ ਜਿਹੜੇ ਮੁਜਰਮ ਆ ਉਹਨਾਂ ਨੂੰ ਸਜ਼ਾ ਦਵਾਵਾਂਗੇ। ਠੀਕ, ਫਿਰ ਮੇਰੇ ਕਹਿਣ ਦਾ ਮਤਲਬ ਆ ਕਿ ਉਸ ਚੀਜ਼ ਨੂੰ ਹੁਣ ਲੋਕਾਂ 'ਤੇ ਧਿਆਨ ਦੇਣਾ ਹੀ ਬੰਦ ਕਰਤਾ। ਜੇ ਅਸੀਂ ਇਹੋ ਜਿਹੀਆਂ ਗੱਲਾਂ ਨੂੰ ਅਣਗੋਲਿਆ ਕਰਦੇ ਰਹਾਂਗੇ, ਜੇ ਅਸੀਂ ਸੱਚ ਨੂੰ ਅਣਗੋਲਿਆ ਕਰਦੇ ਰਹਾਂਗੇ ਤਾਂ ਫਿਰ ਸਾਡੇ ਪੱਲੇ ਕੁਛ ਨਹੀਂ ਪੈਣਾ ਹੈਗਾ। ਜਿਹੜੀ ਚੀਜ਼ ਮੈਂ ਜੋ ਚੀਜ਼ ਸਮਝਦੀ ਹਾਂ, ਜਿਹੜੇ ਮੈਨੂੰ ਸੁਣ ਰਹੇ ਹੋਣਗੇ ਜਾਂ ਜਿਹੜੇ ਅੱਗੋਂ ਸੁਣਨਗੇ ਵੀ ਇਹ ਵੀਡੀਓ ਜਦੋਂ ਸ਼ੇਅਰ ਹੋਊਗੀ ਲੋਕਾਂ ਤੱਕ ਪਹੁੰਚੂਗੀ, ਤਾਂ ਮੈਂ ਬਹੁਤ ਜ਼ਿਆਦਾ ਸਿਆਣੀ ਨਹੀਂ ਹੈਗੀ। ਠੀਕ ਹੈ ਨਾ, ਉਮਰ ਵੀ ਮੇਰੀ ਉਸ ਹਿਸਾਬ ਦੀ ਹੈ ਨਹੀਂ ਗੀ ਕਿ ਮੇਰੇ ਕੋਲ ਬਹੁਤ ਐਕਸਪੀਰੀਅੰਸ ਆ। ਬਹੁਤ ਸਿਆਣੇ ਸਿਆਣੇ ਲੋਕ ਬੈਠੇ ਆ, ਠੀਕ, ਪਰ ਸਾਰਿਆਂ ਨੂੰ ਗੱਲ ਇਹ ਆ ਕਿ ਸਾਨੂੰ ਜਿਹੜਾ ਹੈ ਨਾ ਕਿ ਸਾਡੇ ਅੰਦਰ ਗੱਲ ਚੱਲਦੀ ਹੈ ਕਿ ਸਾਨੂੰ ਕੀ, ਸਾਨੂੰ ਉਹ ਸਾਨੂੰ ਕੀ ਛੱਡਣਾ ਪੈਣਾ ਆ। ਜੇ ਵਾਕਈ ਅਸੀਂ ਆਪਣਾ ਪੰਜਾਬ ਬਚਾਉਣਾ ਆ, ਸਾਨੂੰ ਆਪਣੇ ਅੰਦਰ ਉਸ ਚੀਜ਼ ਲਈ ਦਰਦ ਲੈ ਕੇ ਆਉਣਾ ਪਊਗਾ ਕਿ ਅਸੀਂ ਆਪਣਾ ਪੰਜਾਬ ਬਚਾਉਣਾ, ਚਾਹੇ ਪੰਜਾਬ ਦੀ ਨੌਜਵਾਨੀ ਹੈ ਜਾਂ ਜਿਹੜੀ ਵੀ ਚੀਜ਼ ਆ, ਚਾਹੇ ਪਾਣੀ ਨੂੰ ਲੈ ਕੇ ਆ। ਠੀਕ, ਸੋ ਉਹੀ ਗੱਲ ਆ ਕਿ ਇਸ ਚੀਜ਼ ਦੇ ਉੱਤੇ ਜਿਹੜੇ ਵੀ ਲੋਕਾਂ ਨੇ ਇਹ ਗਲਤ ਫਹਿਮੀਆਂ ਪਾਲ ਰੱਖੀਆਂ ਨੇ ਕਿ ਪਰਿਵਾਰ ਵਿਕ ਗਿਆ, ਪਹਿਲਾਂ ਪਲੀਜ਼ ਜਿੱਥੇ ਵੀ ਤੁਹਾਨੂੰ ਕੋਈ ਮਿਲਦਾ ਉਹ ਲੋਕਾਂ ਨੂੰ ਇਹ ਗਲਤ ਫਹਿਮੀਆਂ ਉਹਨਾਂ ਦੀਆਂ ਦੂਰ ਕੀਤੀਆਂ ਜਾਣ। ਸਾਡੇ ਲੋਕ ਨਾ ਪਿੱਛੇ ਬਹੁਤ ਜਲਦੀ ਲੱਗ ਜਾਂਦੇ, ਅਸੀਂ ਅਫਵਾਹਾਂ ਦੇ ਪਿੱਛੇ ਲੱਗ ਜਾਂਦੇ ਹਾਂ। ਸਾਨੂੰ ਕੋਈ ਵੀ ਅਫਵਾਹ ਸੁਣਨ ਨੂੰ ਮਿਲਦੀ, ਅਸੀਂ ਅਫਵਾਹ ਦੇ ਪਿੱਛੇ ਦੌੜ ਪੈਂਦੇ ਹਾਂ ਅਤੇ ਅਸੀਂ ਅੱਧ ਵਿਚਾਲੇ ਕੰਮ ਛੱਡ ਦਿੰਦੇ ਹਾਂ, ਅਤੇ ਉਹ ਸਭ ਤੋਂ ਮਾੜੀ ਗੱਲ ਆ। ਮੈਂ ਕਮਿਟਮੈਂਟ, ਮੈਂ ਉਹ ਗੱਲ ਨਹੀਂ ਕਹਿ ਰਹੀ ਕਿ ਹਾਂ ਮੈਂ ਬਹੁਤ, ਮੈਂ ਇੱਕ ਕਮਿਟਮੈਂਟ ਕੀਤੀ ਸੀਗੀ ਜਸਪਾਲ ਦੇ ਪਰਿਵਾਰ ਨੂੰ, ਅਤੇ ਮੈਂ ਐਂਡ ਤੱਕ ਉਹਨਾਂ ਦੇ ਨਾਲ ਖੜੂੰਗੀ ਅਤੇ ਮੈਂ ਮੁਜਰਮਾਂ ਨੂੰ ਸਜ਼ਾ ਵੀ ਦਵਾਉਂਗੀ। ਜੇ ਕੱਲ੍ਹ ਨੂੰ ਪਰਿਵਾਰ ਵੀ ਪਿੱਛੇ, ਵੈਸੇ ਤਾਂ ਨਹੀਂ ਹਟਦਾ ਕਿ ਪਰਿਵਾਰ, ਜੇ ਕੱਲ੍ਹ ਨੂੰ ਪਰਿਵਾਰ ਵੀ ਪਿੱਛੇ ਹਟ ਜੂ, ਐਂਡ ਤੱਕ ਮੈਂ ਤਾਂ ਲੜਾਈ ਲੜੂੰਗੀ, ਕਿਉਂਕਿ ਲੜਨਾ ਫਰਜ਼ ਬਣਦਾ ਆ। ਕਿਉਂਕਿ ਇਹ ਜੇ ਅੱਜ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਦਵਾਈ ਅਤੇ ਫਿਰ ਕੱਲ੍ਹ ਨੂੰ ਬਾਕੀ ਸਾਰੇ ਬੇਖੌਫ ਹੋ ਕੇ ਘੁੰਮਣ ਲੱਗ ਜੂੰਗੇ। ਦੂਜੀ ਇੱਕ ਹੋਰ ਗੱਲ ਹੈ, ਜਿਹੜੀ ਜਿਹੜਾ ਜਸਪਾਲ ਦੇ ਕੇਸ ਦੇ ਵਿੱਚ ਮੇਨ ਕਲਪਰੇਟ ਆ ਬੰਦਾ ਰਣਵੀਰ ਸਿੰਘ, ਉਹਦੀ ਬੈਕਗਰਾਊਂਡ ਪਤਾ ਕਰਾ ਕੇ ਵੀ ਦੱਸੀ ਸੀਗੀ ਕਿ ਉਹ ਹਰਿਆਣੇ ਦਾ ਬੰਦਾ ਸੀਗਾ ਅਤੇ ਉਹਨੇ ਬਾਅਦ ਵਿੱਚ ਭਗਵਾਂ ਚੋਲਾ ਪਾ ਲਿਆ, ਉਹਨੇ ਅੰਗ ਸੱਜ ਗਿਆ। ਠੀਕ, ਇਹੋ ਜਿਹੇ ਲੋਕ ਜਿਹੜੇ ਜਿਹੜੇ ਸਿੱਖਾਂ ਦਾ ਦਰਦ ਰੱਖਦੇ ਆ ਨਾ ਆਪਣੇ ਅੰਦਰ, ਮੈਂ ਉਹਨਾਂ ਨੂੰ ਇਹ ਚੀਜ਼ ਦੱਸ ਰਹੀ ਹਾਂ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਜਾ ਕੇ, ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੁਸੀਂ ਦੇਖੋ ਕਿ ਨਿਹੰਗਾਂ ਦਾ ਬਾਣਾ ਪਾਏ ਕਿੰਨੇ ਕ੍ਰਿਮੀਨਲ ਬੈਠੇ ਨੇ, ਜਿਹੜੇ ਜਾਣ ਬੁੱਝ ਕੇ ਸਾਡੀ ਮਤਲਬ ਸਿੱਖੀ ਨੂੰ ਢਾਹ ਲਾ ਰਹੇ ਨੇ। ਇੱਥੇ ਹੁਣ ਸਾਡੀ ਸਿੱਖੀ, ਮੈਂ ਇਨਸਾਨੀਅਤ ਦੀ ਗੱਲ ਕਰਦੀ ਹਾਂ, ਪਰ ਸਾਡੀ ਸਿੱਖੀ, ਕਿਉਂਕਿ ਮੈਂ ਉਸ ਸਿੱਖ ਧਰਮ ਦੇ ਵਿੱਚ ਪੈਦਾ ਹੋਈ ਹਾਂ, ਠੀਕ ਆ, ਮੇਰਾ ਸਿੱਖਾਂ ਵਾਲਾ ਬਾਣਾ ਨਹੀਂ ਹੈਗਾ ਅਤੇ ਮੈਂ 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 ਉਹ ਪੂਰੀ ਖਾਲਸਾ ਹੈ ਵੀ ਨਹੀਂ ਗੀ, ਨਾ ਪੂਰੀ ਕਿ ਮੈਂ ਥੋੜ੍ਹੀ ਜਿਹੀ ਵੀ ਖਾਲਸਾ ਨਹੀਂ ਹੈਗੀ, ਪਰ ਮੈਂ ਮੈਂ ਉਸ ਧਰਮ ਦੇ ਵਿੱਚ ਪੈਦਾ ਹੋਈ ਹਾਂ, ਉਸ ਧਰਮ ਨੇ ਮੈਨੂੰ ਨਾਮ ਦਿੱਤਾ ਆ, ਮੇਰੇ ਨਾਮ ਦੇ ਨਾਲ ਕੌਰ ਲੱਗਦਾ ਆ। ਠੀਕ, ਤਾਂ ਦੁੱਖ ਲੱਗਦਾ ਆ ਜਦੋਂ ਕੋਈ ਨਿਹੰਗ ਸੱਜ ਕੇ ਇਹੋ ਜਿਹੇ ਕੰਮ ਕਰਦਾ। ਗੱਲ ਆ ਕਿ ਉਹ ਬੰਦਾ ਅਸਲ ਦੇ ਵਿੱਚ ਨਿਹੰਗ ਹੈ ਨਹੀਂ ਗਾ, ਉਹਨੇ ਸਿੰਘਾਂ ਵਾਲਾ ਬਾਣਾ ਪਾਇਆ ਹੋਇਆ ਆ ਅਤੇ ਉਹਨੇ ਉਹਦਾ ਬੜਾ ਵੱਡਾ ਕ੍ਰਿਮੀਨਲ ਰਿਕਾਰਡ ਆ। ਅਤੇ ਇਹੋ ਜਿਹੇ ਕਈ ਤੁਹਾਨੂੰ ਜਿਹੜੇ ਆਪਾਂ ਕਹਿੰਦੇ ਹਾਂ ਕਿ ਢੋਂਗੀ ਸਿੰਘ ਮਿਲ ਜਾਣਗੇ ਨਿਹੰਗ ਬਣੇ ਹੋਏ। ਸੋ ਆਲੇ ਦੁਆਲੇ ਆਪਦੇ ਪਿੰਡਾਂ ਦੇ ਵਿੱਚ ਜਾ ਕੇ ਇਹ ਚੀਜ਼ ਧਿਆਨ ਦੇਣ ਯੋਗ ਆ। ਤੁਸੀਂ ਅੱਗੇ ਵੀ ਲੋਕਾਂ ਦੱਸੋ, ਆਪਣੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਨਜ਼ਰ ਮਾਰੋ ਕਿ ਕਿਹੜੇ ਗੁਰਦੁਆਰਿਆਂ ਦੇ ਵਿੱਚ ਆ ਕੇ, ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਅਖੌਤੀ ਨਿਹੰਗ ਆ ਕੇ ਬੈਠੇ ਨੇ। ਅਤੇ ਪੰਚਾਇਤ ਨੂੰ ਚਾਹੀਦਾ, ਇਹ ਮੇਰੀ ਪੰਚਾਇਤ ਨੂੰ ਬੇਨਤੀ ਹੈ ਕਿ ਪੰਚਾਇਤ ਨੂੰ ਚਾਹੀਦਾ ਕਿ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਕੋਈ ਵੀ ਨਿਹੰਗ, ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਓ, ਕਿਉਂਕਿ ਕੀ ਪਤਾ ਕਿਹੜੇ ਕ੍ਰਿਮੀਨਲ ਉੱਥੇ ਆ ਕੇ ਬੈਠੇ ਨੇ ਨਿਹੰਗਾਂ ਦਾ ਬਾਣਾ ਪਾਈ। ਸੋ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਵੀਡੀਓ ਮੈਂ ਇਹ ਗੱਲ ਦੁਬਾਰਾ ਹੋਰ ਵੀਡੀਓ ਦੇ ਵਿੱਚ ਸ਼ੇਅਰ ਕਰਨੀ ਸੀਗੀ, ਇਹਦੇ ਵਿੱਚ ਹੀ ਮੈਂ ਬੋਲਤੀ ਹੈ। ਚਲੋ ਮੈਂ ਉੱਪਰ ਡਿਸਕ੍ਰਿਪਸ਼ਨ 'ਚ ਵੀ ਮੈਨਸ਼ਨ ਕਰ ਦੂੰਗੀ, ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਗੱਲ ਕਰਦੀ ਹਾਂ ਕਿ ਇਹ ਮੇਰੀ ਅਪੀਲ ਆ, ਮੈਂ ਦੁਬਾਰਾ ਹੀ ਇਹ ਵੀਡੀਓ ਪਾ ਦੂੰਗੀ ਇਸ ਚੀਜ਼ ਦੇ ਨਾਲ ਰਿਲੇਟਡ ਥੋੜ੍ਹੇ ਹੋਰ ਤੱਤ ਇਕੱਠੇ ਕਰਕੇ। ਪਰ ਗੱਲ ਇਹ ਆ ਕਿ ਮੈਂ ਉਹਦੇ ਬਾਰੇ ਜੋ ਜਸਪਾਲ ਕੇਸ ਦੇ ਵਿੱਚ ਦੋ ਬੰਦੇ ਨੇ ਉਹਨਾਂ ਦੇ ਨਾ ਪੂਰਾ ਸਿੰਘਾਂ ਵਾਲਾ ਬਾਣਾ ਪਾਇਆ ਹੋਇਆ ਸੀਗਾ, ਪੂਰੇ ਸਿੰਘ ਸਜੇ ਹੋਏ ਸੀਗੇ ਦੋ ਬੰਦੇ, ਉਹਨਾਂ ਦੇ ਵਿੱਚ ਇੱਕ ਸ਼ਾਇਦ ਬਿੱਟਾ ਆ ਅਤੇ ਇੱਕ ਉਹ ਰਣਵੀਰ ਆ।
ਉਹ ਦੋਨੋਂ ਜਣੇ ਇੱਕ ਰੱਤਾ ਰੋੜੀ ਗੁਰਦੁਆਰਾ ਸਾਹਿਬ ਦੇ ਵਿੱਚ ਮਤਲਬ ਰਹਿੰਦਾ ਸੀ ਨਿਹੰਗ ਬਣ ਕੇ, ਇਹ ਹਜ਼ੂਰ ਸਾਹਿਬ ਰਹਿੰਦਾ ਸੀ। ਫਿਰ ਤੁਸੀਂ ਸੋਚੋ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਕਿੰਨੇ ਲੋਕ ਆ ਕਿੱਥੇ ਫਿਰ ਬੈਠੇ ਨੇ ਜਿਹੜੇ ਧਰਮ ਨੂੰ ਢਾਲ ਆ ਰਹੇ ਨੇ, ਜਿਹੜੇ ਜਿਹੜੇ ਸਮਗਲਿੰਗ ਕਰਦੇ ਆ, ਜਿਹੜੇ ਦੇਹ ਵਪਾਰ ਦਾ ਧੰਦਾ ਕਰਦੇ, ਜਿਹੜੇ ਇਹੋ ਜਿਹੇ ਕੰਮ ਕਰਦੇ, ਉਹ ਇਹਨਾਂ ਚੀਜ਼ਾਂ ਲਈ ਸਾਨੂੰ ਜਾਗਰੂਕ ਹੋਣਾ ਪਊਗਾ, ਨਹੀਂ ਸਾਡੇ ਗੁਰੂ ਘਰ ਇਹਨਾਂ ਚੀਜ਼ਾਂ ਦਾ ਡੇਰਾ ਬਣ ਕੇ ਰਹਿ ਜਾਣਗੇ ਅਤੇ ਬਦਨਾਮ। ਇਹ ਉਹੀ ਆ ਨਾ, ਮੈਨੂੰ ਤਾਂ ਕਿਤੇ ਨਾ ਕਿਤੇ ਇਹੀ ਗੱਲ ਲੱਗਦਾ ਕਿ ਇਹ RSS ਜਾਂ ਹੋਰ ਉਹਨਾਂ ਦੀ ਚਾਲ ਵੀ ਹੋ ਸਕਦਾ ਜੇ ਕੋਈ ਉੱਦਾਂ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿਉ। ਸੋ ਇਹ ਬਦਨਾਮ ਕੀਤਾ ਜਾ ਰਿਹਾ, ਸੋ ਇਸ ਚੀਜ਼ ਦੇ ਵਿੱਚ ਸਾਰੇ ਜਣੇ ਪਲੀਜ਼ ਧਿਆਨ ਜ਼ਰੂਰ ਦਿਓ। ਅਤੇ ਦੂਜੀ ਗੱਲ ਜਿਹੜੀ ਮੇਰੀ ਬੇਨਤੀ ਸੀਗੀ ਕਿ ਅਸੀਂ ਭੁੱਲੀਏ ਨਾ ਕੀ ਹੋ ਗਿਆ, ਠੀਕ ਜੋ ਹੋ ਰਿਹਾ ਸਾਨੂੰ ਜੇ ਕਿਸੇ ਦੀ ਅਸੀਂ ਬਾਂਹ ਫੜੀਏ, ਸਾਨੂੰ ਐਂਡ ਤੱਕ ਉੱਥੇ ਜਾਣਾ ਚਾਹੀਦਾ ਆ। ਅਤੇ ਬਾਕੀ ਜਿਨ੍ਹਾਂ ਦੇ ਅੰਦਰ ਉਹ ਚੀਜ਼ ਆ ਨਾ ਕਿ ਜਸਪਾਲ ਦੇ ਕੇਸ ਨੂੰ ਲੈ ਕੇ ਵੀ ਉਹ ਕੰਪਰੋਮਾਈਜ਼ ਕਰ ਗਏ, ਯੇ ਵੋ, ਉਹ ਮੈਂ ਫਿਰ ਉਹੀ ਗੱਲ ਆ ਕਿ ਸਰਕਾਰੀ ਤੌਰ 'ਤੇ ਮੁਆਵਜ਼ਾ ਮਿਲਣਾ ਕੰਪਰੋਮਾਈਜ਼ ਨਹੀਂ ਹੁੰਦਾ ਹੈਗਾ, ਕੰਪਰੋਮਾਈਜ਼ ਅਲੱਗ ਚੀਜ਼ ਹੁੰਦੀ ਆ। ਸੋ ਪਲੀਜ਼ ਆ ਤਿੰਨ ਚਾਰ ਮੁੱਦੇ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ, ਇਹਨਾਂ ਨੂੰ ਸ਼ੇਅਰ ਜ਼ਰੂਰ ਕਰਿਓ, ਇਹਨਾਂ ਨੂੰ ਲੋਕਾਂ ਤੱਕ ਪਹੁੰਚਾਓ, ਤੁਸੀਂ ਜਿੱਥੋਂ ਸੁਣਦੇ ਹੋ ਅੱਗੇ ਲੋਕਾਂ ਨਾਲ ਇਹ ਗੱਲ ਸ਼ੇਅਰ ਕਰੋ, ਸਪੈਸੀਫਿਕਲੀ ਨਿਹੰਗਾਲਾਂ, ਕਿਉਂਕਿ ਮੈਨੂੰ ਪਿੰਡਾਂ ਦੇ ਲੋਕ ਬਹੁਤ ਸੁਣਦੇ ਹੋਣਗੇ। ਤੁਸੀਂ ਅੱਗੇ ਦੀ ਅੱਗੇ ਤੁਹਾਡੇ ਯਾਰ ਦੋਸਤ ਕੋਈ ਵੀ ਪਿੰਡਾਂ ਦੇ ਹੋਰ ਹੈਗੇ ਆ, ਸਰ ਪੰਚਾਇਤ ਇਸ ਚੀਜ਼ 'ਤੇ ਧਿਆਨ ਦੇਵੇ। ਮੈਂ ਸਪੈਸੀਫਿਕਲੀ ਇਸ ਚੀਜ਼ 'ਤੇ ਅਪੀਲ ਪਾਊਂਗੀ, ਪੰਚਾਇਤ ਇਸ ਗੱਲ ਦੇ ਉੱਤੇ ਪੂਰਾ ਧਿਆਨ ਦੇਵੇ ਕਿ ਤੁਹਾਡੇ ਗੁਰੂ ਘਰਾਂ ਦੇ ਵਿੱਚ ਆ ਕੇ ਨਿਹੰਗ ਬਣ ਕੇ ਕੋਈ ਬਾਹਰੋਂ ਆ ਕੇ ਬੈਠਾ ਹੈ ਤਾਂ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਓ, ਕੀ ਪਤਾ ਉਹ ਕੌਣ ਆ, ਕੀ ਪਤਾ ਉਹ ਕਿਹੜਾ ਕ੍ਰਿਮੀਨਲ ਬੰਦਾ ਆ। ਸੋ ਪਲੀਜ਼ ਇਸ ਚੀਜ਼ 'ਤੇ ਧਿਆਨ ਦਿਓ। ਅਤੇ ਜੇ ਕੁਛ ਫਿਰ ਉਹੀ ਗੱਲ ਕਿ ਸਾਨੂੰ ਕੀ ਵਾਲੀ ਆਈਡੀਓਲੋਜੀ ਛੱਡ ਕੇ ਆਪਾਂ ਸਾਰਿਆਂ ਨੇ ਸਾਡੇ ਪੰਜਾਬ ਨੂੰ ਬਚਾਉਣਾ, ਆਪਾਂ ਸਾਰੇ ਜਣੇ ਆਪਣੇ ਲੈਵਲ 'ਤੇ ਕੰਮ ਖਿੱਚੋ, ਕੰਮ ਕਰੋ, ਲੋਕਾਂ ਨੂੰ ਜਾਗਰੂਕ ਕਰੋ, ਜਿੰਨਾ ਹੋ ਸਕਦਾ ਲੋਕਾਂ ਨੂੰ ਜਾਗਰੂਕ ਕਰੋ। ਓਕੇ।